चुप करा दे। नहीं करता चुप। मम्मा ने दस मम्मा ने ओही मम्मा अपनी मम्मी नू मामी आंदी है मेनु मम्मा थैंक यू ਕਿੰਦੀ ਥੈਂਕ ਯੂ ਥੈਂਕ ਯੂ ਹਾਏ ਮੈਨੂੰ ਕਿੰਨੇ ਹੋਕਣਾ ਕਹਿੰਦੀ ਚੁੱਕ ਹਾਏ ਓਏ ਚਲ ਆ ਜਾ ਛੋਈਏ ਆਪਾਂ ਛੋਈਏ ਚਲੋ ਆ ਜਾ ਛੋਈਏ ਚਲ ਛੋਈਏ ਤੇ ਛੋਈਏ ਚਲ ਛੋ ਜਾ ਛੋ ਜਾ ਚਲ ਛੋਈਏ ਚਲ ਛੋਈਏ ਚਲ ਛੋਈਏ ਕੋ ਛੋਈਏ ਹਾਂ ਤਾਈ ਤਾ ਗੱਲਾਂ ਕਰਦਾ ਮੇਹਰ ਸਾਹਿਬ ਤੇਰੇ ਨਾਲ ਗੱਲਾਂ ਕਰਦਾ ਆ ਵੀਰਾ ਕਾਕਾ ਗੱਲਾਂ ਕਰਦਾ ਆ ਭੈਣ ਨਾਲ ਚੱਲ ਕਰ ਕਰ ਚੀਚੀ ਕਾਕੇ ਚੀਚੀ ਕਰ ਦੋ ਆ ਚੀਚੀ ਕਰੀਏ ਕਾਕੇ ਚੀਚੀ ਕਰੀਏ ਕਾਕਾ ਚੀਚੀ ਚੀਚੀ ਐਦਾਂ ਕਰ ਚੀਚੀ ਕਾਕੇ ਚੀਚੀ ਉਹ ਵੀ ਇੰਦਾ ਵਾ ਕਾਕਾ ਚਾ ਕਾਕਾ ਚਾ ਉਹ ਆਪਣੇ ਡੇਈ ਕਰਨਾ ਹੋਏ ਕਾਕਾਚਾ ਕਾਕਾ ਚਿੱਚੀ ਆ ਨੀ ਕਾਕਾ ਚਿੱਚੀ ਕਾ ਦੇ ਕਾਕਾ ਚਿੱਚੀ ਚਿੱਚੀ ਏ ਚਿੱਚੀ ਕੀ ਕਰਦੇ ਆ ਤੂੰ ਕਰ ਚਿੱਚੀ ਏ ਚਿੱਚੀ ਹੋ ਯਾਰ ਚਲੋ ਵੇਖ ਲੈਣੇ ਮਾਮੀ ਨੂੰ ਸੌਂਦੀ ਕੇ ਭੈਣ ਰੋਕ ਗਈ ਜੇ ਤੁਸੀਂ ਪਰੇ ਹੱਥ ਕੀਤਾ ਸਾਹਿਬ ਦੀ ਭੈਣ ਹਾਂ ਸੌਂਦੀ ਆ ਜਾ ਸਾਹਿਬ ਨੂੰ ਆ ਜਾ ਉਹਦੀ ਭੈਣ ਨੂੰ ਰਸਾਤਾ ਤੁਸੀਂ ਸਾਹਿਬ ਦੀ ਭੈਣ ਆ ਮੁੰਡੇ ਦੀ ਤਾਂ ਹੁਣ ਸਾਹਿਬ ਚਲ ਆ ਹਸਾ ਤੂੰ ਹਸਾ ਚਲ ਤੂੰ ਇਹਨਾਂ ਹੱਸ ਲਿਆ ਨੇ ਕੜੀ ਤੁਸੀਂ ਹਸਾ ਦੋ ਮਿਹਰ ਸਾਹਿਬ ਓਏ ਸਾਹਿਬ ਚੁੱਪ ਕਰਦੇ ਹੋ ਤੁਸੀਂ ਸਾਹਿਬ ਉਮਰ ਕਿਉਂ ਨੀ ਸੀ ਨੀ ਕਿਤੇ ਵੀਰੇ ਲਾਗੇ ਰੋਜ਼ ਹੀ ਸੁਣਦੀ ਆ ਵੀਰੇ ਲਾਗੇ ਬੜੇ ਸੋਹਣੇ ਲੱਗਦੇ ਲੋ ਫਿਰ ਭੈਣ ਭਰਾ ਲਾਗੇ ਲੱਗਦੀ ਕਰਦੀ ਜਿੱਦਾਂ ਮੈਂ ਕਰਦੀ ਆ ਹਨਾ ਵਿੱਕੀ ਚੱਲ ਮਿਹਰ ਕਿਸੀ ਕਰ ਦੋ ਵੀਰ ਕਿਸੀ ਕਰ ਦੋ ਸਾਹਿਬਜੀਤ ਨੂੰ ਟੋਪੀ ਤੇ ਕਰਨੀ ਆ ਤੇ ਕਰ ਦੋ ਉਹਨੂੰ ਸਿਖਾਇਆ ਨਾ ਪਹਿਲੇ ਦਿਨ ਤੋਂ ਕਿ ਹਨਾ ਜੇ ਲਾਗੇ ਨਹੀਂ ਕਰਨੀ ਹੈਗੀ ਤੇ ਇੱਦਾਂ ਹੀ ਕਰਦੀ ਹੈ ਜੀ ਚਲੋ ਦੱਸ ਦਿਓ ਸਾਹਿਬ ਸੋ ਕਿਉਂ ਸਾਹਿਬ ਸੋ ਕਿਉਂ ਤੇ ਚਾਚੀ
ਕਿੱਥੇ ਸਾਹਿਬ ਜੀਤ ਜੀਤਾ ਕਿੱਥੇ ਆ ਚਾਚੀ ਕਿੱਥੇ ਗੱਲ ਕਾਕੇ ਨੂੰ ਹਾਂ ਕਾਕਾ ਸੋਹਣਾ ਆ ਹੈ ਮੇਹਰ ਮੇਹਰ ਕਾਕਾ ਸੋਹਣਾ ਆ ਸੋਹਣਾ ਕਾਕਾ ਹੈ ਮੇਹਰ ਸੋਹਣਾ ਓਏ ਕਾਕਾ ਸੋਹਣਾ ਆ ਚੱਲ ਦੱਸੋ ਫਿਰ ਸੋਹਣਾ ਆ ਨਹੀਂ ਦੱਸਣਾ ਚੱਲ ਦੱਸ ਦੇ ਫਿਰ ਚੱਲ ਕਾਕੇ ਨੂੰ ਭਾਰੀ ਕਰ ਦੋ ਸੋਹਣਾ ਕਾਕਾ ਸੋਹਣਾ ਆ ਸੋਹਣਾ ਆ ਕਾਕਾ ਕਿਹਦਾ ਆ ਕਾਕਾ ਮੇਰਾ ਆ ਕਾਕਾ ਮੇਰਾ ਆ ਆਈ ਓ ਕਾਕਾ ਮੇਰਾ ਆ ਕਾਕਾ ਮੇਰਾ ਆ ਕਿਸੀ ਕਰੋ ਕਾਕੇ ਦੇ ਮੇਹਰ ਕਿਸੀ ਕਰੋ ਫੋਰਹੈਡ ਤੇ ਕਰ ਦੋ ਇੱਥੇ ਬੜੀ ਸੋਹਣੀ ਕਿਸ ਕੀਤੀ ਬੜਾ ਸੋਹਣਾ ਆਂਦੀ ਉੱਠ ਕਾਕੇ ਉੱਠ ਉੱਠ ਕਾਕੇ ਉੱਠ ਮੈਂ ਕਿਹਾ ਮਾਂ ਸਵਾਲਿਆ ਰਹਿਣ ਦੇ ਉਹਨੂੰ ਸੁੱਤਾ ਚੱਲ ਚਲੀਏ ਬਾਬੇ ਦੀ ਚੱਲੀਏ ਬਾਬੇ ਦੀ